ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਹੁਣ ਸਮਾਂ ਜੀ ਤੁਹਾਡੇ ਕਾਲਸ ਲੈਣ ਦਾ ਔਰ ਵਿਚਾਰ ਵਟਾਂਦਰਾ। ਅੱਜ ਕਰ ਰਹੇ ਹਾਂ ਅਸੀਂ ਕਿਸ ਤਰੀਕੇ ਨਾਲ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਨਸ਼ਿਆਂ ਦੀ ਦੁਰਵਰਤੋਂ ਹੋ ਰਹੀ ਆ ਔਰ ਪੰਜਾਬੀਅਤ ਦਾ ਔਰ ਪੰਜਾਬੀਆਂ ਦਾ ਘਾਣ ਹੋ ਰਿਹਾ ਇਸ ਨਸ਼ੇ ਕਰਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਹਰਗੀਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ ਜੀ, ਠੀਕ ਠਾਕ ਆ। ਜਦੋਂ ਇਹੋ ਜਿਹੇ ਮੁੱਦੇ ਹੋ ਜਾਂਦੇ ਫਿਰ ਥੋੜਾ ਜਿਹਾ ਮਨ ਮੋਸ਼ਨ ਜਿਹਾ ਹੋਰ ਤਰ੍ਹਾਂ ਹੋ ਜਾਂਦਾ। ਹਾਂਜੀ ਜੀ 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 ਮੱਖਣ ਸਿੰਘ ਜੀ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਕੰਟਰੀ ਨੂੰ ਸਲਾਮ ਕਰਨਾ ਚਾਹੁੰਦਾ ਜਿੱਥੇ ਮੈਂ ਰਹਿੰਦਾ। ਇੱਥੇ ਵੀ ਮੁੰਡਿਆਂ ਦਾ ਇੰਨਾ ਹਾਲ ਆ ਕਿ ਦੇਖ ਨਹੀਂ ਹੁੰਦੇ, ਸਾਡੇ ਹੀਰਿਆਂ ਵਰਗੇ ਮੁੰਡੇ ਤਬਾਹ ਹੋ ਗਏ ਆ। ਜੀ ਜੀ ਜੀ, ਬਾਕੀ ਜੋ ਮੁੰਡੇ ਨੇ ਦੱਸਿਆ ਇਹ ਤਾਂ ਬਹੁਤ ਬਿਆਜ ਦੀਆਂ ਗੱਲਾਂ ਨੀ। ਦੇਖੋ ਹੁਣ ਦੱਸ ਦਿੰਦਾ ਕਿ ਇੱਕ ਮਾੜਾ ਹੁੰਦਾ ਦੂਜਿਆਂ ਨੂੰ ਵੀ ਮਾੜਾ ਕਰ ਦਿੰਦਾ। ਇੱਥੇ ਸਭ ਤੋਂ ਜ਼ਿਆਦਾ ਖਰਚਾ NHS ਵਿੱਚ, ਤੁਸੀਂ ਅੰਕੜੇ ਇੱਥੇ ਦੇਖਿਓ, ਸਭ ਤੋਂ ਜ਼ਿਆਦਾ ਖਰਚਾ ਆਪਣਿਆਂ ਤੇ ਸਿੱਖਾਂ ਤੇ ਆ ਰਿਹਾ ਆ ਇਹਨਾਂ ਦੇ। ਹਾਂਜੀ ਜੀ ਜੀ, ਮੈਂ ਉਹੀ ਮੈਂ ਕਿਹਾ ਕਿ ਸਭ ਤੋਂ ਜ਼ਿਆਦਾ ਅਗਰ ਕੋਈ ਖਰਚਾ ਡਰੱਗ ਨੂੰ ਛੁਡਾਉਣ ਨੂੰ ਲੱਗ ਰਿਹਾ, ਅਗਰ ਰਿਹੈਬ ਦੇ ਵਿੱਚ ਪੈਸੇ ਲੱਗ ਰਹੇ ਹਨ ਜਾਂ ਪਾਊਂਡਸ ਲੱਗ ਰਹੇ ਹਨ, ਤਾਂ ਉਹ ਪੰਜਾਬੀ ਮੁੰਡੇ ਸਾਡੇ ਬਹੁਤ ਜ਼ਿਆਦਾ ਇਸ ਟਾਈਮ ਭਰਤੀ ਹੋਏ ਹੋਏ। ਮੈਂ ਤਾਂ ਹੋਸਟਲ ਦੇਖਦਾ ਰਹਿੰਦਾ ਕਿਉਂਕਿ ਸਭ ਤੋਂ ਜ਼ਿਆਦਾ ਖਰਚਾ ਵਾਰਡਾਂ ਵਿੱਚ ਇਹਨਾਂ ਤੇ ਆ ਰਿਹਾ ਕਿਉਂਕਿ ਅਲਕੋਹਲ ਕਾਪਣੇ ਜ਼ਿਆਦਾ ਹੋ ਚੁੱਕੇ ਆ। ਜੀ 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 ਜੀ, ਦੇਖੋ ਮੈਂ ਉਹ ਜਿੱਦਾਂ ਮੁੰਡੇ ਨੇ ਕਿਹਾ ਮੈਂ ਸਿਰਫ ਤੁਹਾਡਾ ਅੱਧਾ ਹੀ ਮਿੰਟ ਲੈਣਾ। ਇੱਕ ਹੁੰਦੀ ਭੱਲੀ ਸੰਗਤ, ਇੱਕ ਹੁੰਦੀ ਬੁਰੀ ਸੰਗਤ, ਜੀ ਇੱਕ ਹੁੰਦੀ ਸ਼ਰਾਬ ਤੇ ਇੱਕ ਹੁੰਦਾ ਸ਼ਰਾਬੀ। ਇਹ ਚਾਰ ਬੰਦ ਮੈਂ ਕਹਿ ਕੇ ਉਸੇ ਵੇਲੇ ਅੱਧਾ ਹੀ ਮਿੰਟ ਲੈਣਾ। ਦੇਖੋ ਭਲੀ ਸੰਗਤ ਕਹਿੰਦਾ ਨੇਕ ਨਿਗਾਹਾਂ ਹੇਠ ਮਨ ਦੋ ਘੜੀਆਂ ਦਾ ਰਹਿਣਾ, ਹੋਏ ਨਸੀਬ ਸੇ ਸੰਗ ਸਦਾ ਜੇ ਉਸ ਦਾ ਫਿਰ ਕੀ ਕਹਿਣਾ। ਜੀ ਹੁਣ ਆਹ ਗੱਲਾਂ ਸਮਝਣ ਵਾਲੀਆਂ ਅੱਜ ਕੱਲ ਦੇ ਗਾਂ ਜਿਹੜੀ ਜਨਰੇਸ਼ਨ, ਉਹਨਾਂ ਨੂੰ ਕੀ ਪਤਾ ਕਿ ਚੰਦਨ ਬਨ ਵਿੱਚ ਕਿੱਕਰ ਪਾਤੀ ਮਹਿਕ ਚੰਦਨੀ ਆਵੇ। ਜੀ ਜੀ ਜੀ, ਇਹ ਭਲੀ ਸੰਗਤ ਦੀ ਮੈਂ ਗੱਲ ਕਰਦਾ ਕਿ ਮਨੁੱਖ ਜੂਨ ਸ਼ਿੰਗਾਰ ਪਹਿਨ ਕੇ ਸਤ ਸੰਗਤ ਦਾ ਕਹਿਣਾ। ਜੀ ਜੀ ਜੀ, ਇਹ ਆ ਗਈ ਕਿੰਨੀ ਭਲੀ ਸੰਗਤ। ਹੁਣ ਦੇਖੋ ਦੂਜੇ ਪਾਸੇ ਆ ਗਈ ਖੋਟੀ ਸੰਗਤ, ਜਿਹੜੇ ਉਸ ਮੁੰਡੇ ਨੇ ਕਿਹਾ ਸੀ ਜੀ ਕਹਿੰਦਾ ਭਲਿਆ ਭੁੱਲ ਕੇ ਲੰਘ ਨਾ ਹੇਠੋਂ ਖੋਟੇ ਦੇ ਪਛਾਣੇ ਉਹ ਰਾਜੇ ਚੰਦ ਸੰਗ ਦੋਸ਼ ਮਤ ਕੋਈ ਜੀਤ ਲਵਾਣੀ। ਕਹਿੰਦਾ ਕਜਲ ਦੀ ਕੋਠੀ ਵਿੱਚ ਵੜਿਆ ਕਾਲਕ ਬਿਨ ਕੀ ਲੱਭੇ, ਠੇਕੇ ਬੈਠਾ ਸਰਬਤ ਪੀਂਦਾ, ਠੇਕੇ ਬੈਠਾ ਭਾਵਾਂ ਕੋਈ ਸਰਬਤ ਵੀ ਪੀਂਦਾ ਹੋਵੇ, ਕਹਿੰਦਾ ਕਿਹਾ ਸ਼ਰਾਬੀ ਜਾਵੇ। ਜੀ 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 ਜੀ, ਦੇਖੋ ਹੁਣ ਆ ਗਈ ਸ਼ਰਾਬ ਤੇ ਗੱਲ। ਕਹਿੰਦਾ ਕਿੱਕਰ ਤੇ ਚੜੇਲ ਚੜ ਸਿਰ ਤੇ ਬੰਦਿਓ ਜਿੰਨ ਬਣਾਵਿਓ, ਇੱਜ਼ਤ ਅਕਲ ਸਿਹਤ ਤੇ ਦੌਲਤ ਚਾਰੇ ਬੰਨੇ ਲਾਵੇ। ਜੀ ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕ ਨਾ ਛੱਡੇ, ਉਹ ਫਿਰ ਵੀ ਸ਼ੁਕਰ ਕਰੇ ਜੇ ਮੁੜ ਕੇ ਪਿਛਲਿਆਂ ਕੋਲ ਨਾ ਆਵੇ। ਜੀ ਆਖਰੀ ਆਖਰੀ ਆ ਜੀ ਸ਼ਰਾਬੀ, ਦੇਖੋ ਕਹਿੰਦਾ ਬੱਚੇ ਬਿਲਕੁਲ ਨਾਰੀ ਨੰਗੀ ਆਪਣਾ ਖੀਸਾ ਖਾਲੀ, ਉਹ ਝੱਸ ਸ਼ਰਾਬੀ ਪੂਰਾ ਕਰਦਾ ਦੇ ਕੇ ਛੰਨਾ ਥਾਲੀ, ਦਿਲ ਧੜਕੇ ਹੱਥ ਪੈਰ ਕੰਬਦੇ ਚਿਹਰੇ ਤੇ ਫਟਕਾਰੋ, ਸੱਜਣ ਮਿੱਤਰ ਮੂੰਹ ਨਾ ਲਾਉਣ ਜੋ ਮੂੰਹ ਲਾਏ ਪਿਆਲੀ। ਜੋ ਮੁੰਡਿਆਂ ਦਾ ਇਹ ਛੇਕੜ ਉਹ ਵੀ ਸੱਜਣ ਮਿੱਤਰ ਛੱਡ ਜਾਂਦੇ ਆ। ਜੀ 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 ਜੀ, ਲਿਖਣਾ ਸ਼ੁਰੂ ਕਰ ਦਿੰਦੇ ਹਨ। ਮੈਂ ਧੰਨਵਾਦ ਕਰਦਾ ਉਹਨਾਂ ਕਾਲਰਸ ਦਾ ਜੋ ਕਿ ਤੁਸੀਂ ਇੰਨਾ ਸੋਹਣਾ ਲਿਖਦੇ ਹੋ, ਇੰਨਾ ਮੋਟੀਵੇਟ ਕਰਦੇ ਹੋ ਦਰਸ਼ਕਾਂ ਨੂੰ ਵੀ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਮੇਰੇ ਨਾਲ ਹੋਰ ਵੀ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ ਹਰਕੇਸ਼ ਜੀ, ਮੈਂ ਓਸਲੋ ਨਾਰਵੇ ਤੋਂ ਬੋਲ ਰਿਹਾ, ਲੋਰੈਂਸਬੁਰਗ ਚ ਮੈਂ ਰਹਿਣਾ। ਜੀ ਜੀ, ਮੇਰਾ ਨਾਮ ਹਰਕੀ ਰੇਤ ਹੈ, ਤੁਹਾਡੇ ਨਾਮ ਵਰਗਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਹੁੰਦੇ ਨਾ ਇੱਕ ਪੰਜਾਬੀ ਦੀ ਕਹਾਵਤ ਹੈ ਜੀ, ਕਹਿੰਦੇ ਵੀ ਜੇ ਨਾ ਪੈਸਾ ਜੀ ਗਰੀਬ ਦੀ ਝੋਂਪੜੀ ਦੇ ਵਿੱਚ ਹਾਥੀ ਬੰਨਣ ਵਰਗਾ ਹੁੰਦਾ ਹੈ ਜੀ, ਹਾਥੀ ਝੋਂਪੜੀ ਤੋੜ ਦਿੰਦਾ ਹੈ ਜੀ। ਇਹ ਅੰਗਰੇਜ਼ ਨੇ ਸਾਡੇ ਨਾਲ ਨਹੀਂ ਕੀਤਾ ਸੀ ਜੀ, ਅਸੀਂ ਖਾਂਦੇ ਸੀ ਪੀਂਦੇ ਸੀ, ਸਾਨੂੰ ਇਰੀਗੇਸ਼ਨ ਦਿੱਤੀ, ਸਾਨੂੰ ਸਾਰਾ ਕੁਛ ਕੀਤਾ ਜੀ। ਸਾਰੇ ਪੰਜਾਬ ਦੇ ਲੋਕ ਕੰਮ ਕਰਦੇ ਸੀ ਜੀ, ਮੈਂ ਆਪਦੇ ਬਚਪਨ ਮੈਨੂੰ 26 ਸਾਲ ਹੋ ਗਏ ਨੇ ਅੱਜ ਨਾਰਵੇ ਚ ਆਏ ਹੋਏ ਨੂੰ ਜੀ ਜੀ, ਤੇ ਨਾਰਵੇ ਨੂੰ ਅੱਜ ਜਾਣੀ ਕਿ ਦੁਨੀਆ ਦਾ ਜਾਣੀ ਕਿ ਬਿਹਤਰੀਨ ਦੇਸ਼ ਗਿਣਿਆ ਜਾਂਦਾ ਜੀ। ਤੇ
ਐਸ ਕੰਪੇਅਰ ਟੂ ਇੰਗਲਿਸ਼ ਕਲੋਨੀਜ਼। ਜੀ ਜੀ ਹਾਂ, ਤੇ ਮੈਂ ਜੋ ਇੱਥੇ ਸਰ ਮੈਂ ਤਕਰੀਬਨ ਸਾਰਾ ਵਰਲਡ ਓਬਜ਼ਰਵ ਕੀਤਾ, ਮੈਂ ਦੇਖਿਆ, ਮੈਂ ਘੁੰਮਿਆ ਵੀ ਹੈ। ਜੀ ਮੈਂ ਦੇਖਿਆ ਕਿ ਪੰਜਾਬ ਦਾ ਜਿਹੜਾ ਸੀ ਨਾ ਆਪਣਾ ਪ੍ਰੋਪਰਟੀਜ਼ ਦੀ ਵੈਲਿਊ ਜਿਹੜੇ ਯਾਨੀ ਕਿ 1-2 ਹਜ਼ਾਰ ਜਾਂ 4-5 ਹਜ਼ਾਰ 7 ਹਜ਼ਾਰ ਦਾ ਕਿੱਲਾ ਵਿਕਦਾ ਸੀ ਜੀ, ਉਹ 40 ਲੱਖ ਦਾ ਹੋ ਗਿਆ ਜੀ। ਜਿਸ ਨੂੰ ਤੁਸੀਂ ਤਬਾਹ ਕਰਨਾ ਹੈ ਨਾ ਉਹਨੂੰ ਪਹਿਲਾਂ ਅਮੀਰ ਕਰੋ ਜੀ, ਕਰੈਕਟ। ਉਹ ਆਪਦੇ ਆਪ ਹੀ ਆਯਾਸ਼ ਹੋ ਜਾਊਗਾ ਜੀ ਜੀ ਜੀ, ਜਦੋਂ ਉਸਦੀ ਔਲਾਦ ਤੇ ਕੰਮ ਕਰਨ ਦਾ ਸੋਚੂਗੀ ਹੀ ਨਹੀਂ ਜੀ, ਕਿਉਂਕਿ ਮੈਂ ਤਾਂ ਇੰਨਾ ਅਮੀਰ ਹਾਂ ਜੀ, ਇੰਨਾ ਪਈਆ ਪੰਜਾਬ ਚ ਕਿਵੇਂ ਵੜ ਗਿਆ ਜੀ, ਕਿਉਂ ਵੜਿਆ? ਕਿਉਂਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਜੀ, ਅਸੀਂ ਜਾਂ ਤਾਂ ਬਾਹਰ ਜਾਣਾ ਚਾਹੁੰਦੇ ਹਾਂ ਜੀ, ਜਾਂ ਅਸੀਂ ਆਪਦੇ ਆਪ ਨੂੰ ਬਹੁਤ ਇੰਟੈਲੀਜੈਂਟ ਸਮਝਦੇ ਹਾਂ ਵੀ ਅਸੀਂ ਹੈ ਹੀ ਜਾਣੀ ਕਿ ਗੋਡ ਗਿਫਟਡ ਹੈ। ਪੰਜਾਬ ਅੱਜ ਵੀ ਭਾਰਤ ਦੇ ਸਟੈਂਡਰਡ ਆਫ ਲਿਵਿੰਗ ਨਾਲੋਂ ਬਹੁਤ ਹਾਈ ਹੈ ਜੀ, ਅੱਜ ਵੀ ਸਮੱਸਿਆ ਇਹ ਨਹੀਂ। ਹੁਣ ਮੈਂ ਇੱਥੇ ਦੇ ਜੁੜੇ ਦੇਖਦੇ ਹਾਂ, ਤੁਹਾਨੂੰ ਦੱਸਾਂ ਵੀ ਤੁਸੀਂ ਇੱਕ ਵੀ ਪੰਜਾਬੀ ਪਰਿਵਾਰ ਮੈਨੂੰ ਦਿਖਾ ਦਿਓ ਜੀ ਜਿਹੜਾ ਰਾਤ ਨੂੰ ਜਾਣੀ ਕਿ ਸ਼ਰਾਬ ਨਾ ਪੀਂਦਾ ਹੋਵੇ ਜੀ। ਪੰਜਾਬ ਚ ਰਹਿਣਾ ਦਾ ਨਸ਼ਾ ਕਰਨਾ ਹੀ ਕਰਨਾ, ਇਹਦਾ ਕੁਦਰਤੀ ਹੈ। ਉੱਥੋਂ ਜਿਹੜੇ ਮਜ਼ਦੂਰ ਵੀ ਹੈ ਜੇ 300 ਜਾਂ 200 ਦਿਹਾੜੀ ਹੈ, ਰਾਤ ਨੂੰ 150 ਰੁਪਇਆ ਆਪਦੀ ਸ਼ਰਾਬ ਦੇ ਉੱਤੇ ਲਾਉਂਦਾ। ਇਹ ਇੱਥੋਂ ਦੇ ਵੈਸਟ ਦੇ ਲੋਕ ਕਰਦੇ ਆ, ਕਿਉਂਕਿ ਸਾਨੂੰ ਸਾਡੀ ਅਸਲੀਅਤ ਦੂਰ ਕਰ ਦਿੱਤਾ ਗਿਆ, ਸਾਨੂੰ ਅਯਾਸ਼ ਬਣਾ ਦਿੱਤਾ ਗਿਆ। ਇਹ ਅਯਾਸ਼ੀ ਦੇ ਕਾਰਨ ਹੀ ਇਹ ਪੰਜਾਬ ਡੁੱਬ ਰਿਹਾ ਹੈ ਜੀ 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 ਜੀ। ਵੈਲਿਡ 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 ਪੁਆਇੰਟ ਰੇਜ਼ ਕੀਤੇ ਹੋ ਤੁਸੀਂ ਜੀ। ਹਾਂ, ਬਾਕੀ ਹਰਕੀ ਜੀ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਜੀ ਕਿ ਹੁਣ ਮੈਂ ਜਾਣੀ ਕਿ ਐਬਰਜ਼ੀਨਰ ਆਸਟ੍ਰੇਲੀਆ ਦੇ ਅਸਲੀ ਜਿਹੜੇ ਮਾਲਕ ਸੀ ਉਹ ਭਾਰਤੀ ਸੀ ਜੀ, ਉਹਨਾਂ ਨਾਲ ਕੀ ਹੋਇਆ ਜੀ? ਉਹ ਅੱਜ ਉੱਥੇ ਖਾਂਦੇ ਪੀਂਦੇ ਹੈ ਜੀ, ਅਮੈਰੀਕਾ ਦੇ ਵਿੱਚ ਰੈੱਡ ਇੰਡੀਅਨ ਉੱਥੋਂ ਦੇ ਆਪਣੇ ਨਾਲ ਦੇ ਲੱਗਦੇ ਗੁਰਦੁਆਰਾ ਸਾਹਿਬ ਦੀ ਹੈ, ਉੱਥੇ ਅਸੀਂ ਆਪਣਾ 2-4 ਘੰਟੇ ਜੋ ਵੀ ਡਿਵੋਟ ਕਰਨੇ ਆ ਇਸ ਮੁਤਲਕ ਜ਼ਰੂਰ ਕਰੀਏ, ਆਪਾਂ ਆਪਣੇ ਬੱਚਿਆਂ ਨੂੰ ਹੋਰ ਜੋੜੀਏ, ਹੋਰ ਐਜੂਕੇਟ ਕਰੀਏ, ਇਸ ਪਾਸੇ ਉਹਨਾਂ ਦਾ ਧਿਆਨ ਲਾਈਏ, ਤਾਂ ਕਿ ਇਹ ਕੱਲ ਨੂੰ ਇੱਕ ਵੱਡੇ ਅਹੁਦੇ ਤੇ ਜਦੋਂ ਹੋਣਗੇ ਤਾਂ ਜ਼ਰੂਰ ਫਕਰ ਸਾਨੂੰ ਵੀ ਹੋਏਗਾ, ਕੌਮ ਨੂੰ ਫਕਰ ਹੋਏਗਾ। ਔਰ ਅੱਜ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਉਹ ਕਰ ਸਕਦੇ ਨੇ, ਤਾਂ ਅੱਜ ਤੋਂ ਹੀ ਉਹ ਸੰਕਲਪ ਲੈ ਲੈਣ ਔਰ ਇਸ ਗੱਲ ਨੂੰ ਸਮਝ ਲੈਣ ਕਿ ਵੀ ਹੈਵ ਟੂ ਗੋ ਫੋਰ ਅ ਗੁੱਡ ਥਿੰਗਸ ਐਂਡ ਆਪਣੀ ਲਾਈਫ ਚੇਂਜ ਹੋ ਸਕਦੀ ਹੈ ਜੀ। ਪਰ ਜੇਕਰ ਉਹ ਨਾ ਸਮਝੇ ਜੀ, ਚਾਹੇ ਪੰਜਾਬ ਦੀ ਤਰਾਸਦੀ ਵੀ ਐਬਰਜ਼ੀਨ ਹੈ ਜੀ, ਰੈੱਡ ਇੰਡੀਅਨ ਵਾਲੀ ਹੋਊਗੀ। ਕਰੈਕਟ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੀ ਗੱਲ ਸਾਡੇ ਨਾਲ ਕੀਤੀ, ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦੇ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਦਰ ਬੋਲ ਰਿਹਾ ਗ੍ਰੀਫੋਰ। ਜਿਹੜੇ ਹਾਈ ਕਮਾਂਡ ਦੇ ਬੰਦੇ ਆ, ਦੋ ਟੈਬ ਹੋਣੇ ਚਾਹੀਦੇ, ਐਮ ਟੀ ਹੋਵੇ ਕੋਈ ਹੋਵੇ, ਜਦੋਂ ਪਾਰਟੀ ਚੇਂਜ ਕਰ ਲੈਂਦੇ ਆ, ਦੇ ਵਾਂਟ ਟੂ ਸੀ ਇਟ ਹੋਲ ਲਾਈਫ, ਇਹ ਲਾਈਫ ਟਾਈਮ ਦੀ ਕਮਿਟਮੈਂਟ ਨਹੀਂ ਹੁੰਦੀ। ਜਾਂ ਅਮੈਰੀਕਾ ਦੇ ਦਾ ਟੂ ਟਰਮਸ, ਦੈਟਸ ਦੀ ਐਂਡ ਆਫ ਇਟ, ਜੇ ਵਾਪਸ ਡਾਊਨ ਆ ਰਹੇ ਦੈਨ ਦਾ ਸਿਸਟਮ ਵਿਲ ਬੀ ਨੋਰਮਲ। ਥੈਂਕ ਯੂ ਵੈਰੀ ਮੱਚ ਜੀ ਸੁਰਿੰਦਰ ਸਿੰਘ ਜੀ। ਸਿਸਟਮ ਨੂੰ ਸੁਧਾਰਨ ਦੇ ਲਈ ਪਹਿਲੇ ਆਪਣੇ ਆਪ ਨੂੰ ਬਦਲਣ ਦੀ ਵੀ ਸਾਨੂੰ ਲੋੜ ਹੈਗੀ ਅਗਰ ਅਸੀਂ ਸਿਸਟਮ ਨੂੰ ਸੁਧਾਰਨਾ, ਕਿਉਂਕਿ ਅਸੀਂ ਵੀ ਖੁਦ ਆਪ ਸਿਸਟਮ ਦਾ ਹੀ ਹਿੱਸਾ ਹੈਗੇ ਹਾਂ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ, ਵਕਫੇ ਤੋਂ ਬਾਅਦ ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਯੂਥ ਨੂੰ ਆਪਣੇ ਨਾਲ ਜੋੜੀਏ ਜੋ ਕਿ UK ਦੇ ਵਿੱਚ ਵੱਸਦੇ ਹਨ, ਕੰਮ ਕਾਜ ਕਰਦੇ ਹਨ, ਲੇਕਿਨ ਉਹਨਾਂ ਨੂੰ ਪੋਲੀਟਿਕਸ ਕਿਉਂ ਨਹੀਂ ਚੰਗੀ ਲੱਗਦੀ? ਅੱਜ ਇਹ ਸਵਾਲ ਮੇਰੇ ਜ਼ਿਹਨ ਦੇ ਵਿੱਚ ਬਹੁਤ ਜ਼ਿਆਦਾ ਘੁੰਮ ਰਿਹਾ, ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਇਸ ਬ੍ਰੇਕ ਤੋਂ ਬਾਅਦ।